अस्सलाम वालेकुम मैं सुल्तान अतीक रहमान और मेरे साथ हैं आफिज नासर भाई क्या बात है जी सलामत रहें बड़े मेरे प्यारे दोस्त और बहुत ही प्यारे भाई मुख्तार कादरी भाई लस्सत पार्क ब्रेडफोर्ड में हम आज आएँ और बड़ा कर रहे हैं बिलात तमीद नासर भाई से सुनते हैं बुल्ले शास का कलाम सुल्तान भाई सबसे पहले तो यूके में आपको खुश हमदीद कहता हूँ यस yes. अल्लाह पाक ने आपको बड़ी इज्जतों से नवाजा है माशाल्लाह यूके के में मेरा ये भाई छा गया है जी, पूरा ये इनकी मोहब्ते हैं और इनकी आवाज का मैं खुद इतना दीवाना हूँ सच्ची ये एक बधीन और बेसवाल आपने इनकी अभी अभी आवाज में कलाम सुनना है आपको मजा ना आया तो आपकी नासर भाई तमीद मुख्तार कादरी साहब बड़ी प्यारी जगह है इस वक्त हम लिस्टर पार्क में और ये पीछे आप देख रहे हैं माशाला एक अजीब सा माहौल है बड़े माहौल में बड़ी खुनकी है जी बड़ा कमाल का माहौल है میں اپ کو بابا بلھے شاہ سرکار رحمتہ اللہ علیہ کے کلام میں سلطان نجیب بھائی کو مختار قادری کو اور جتنے بھی دیکھنے والے ہیں سب کو ڈیڈیکیٹ کرتا ہوں بابا بلھے شاہ سرکار فرماندے نے کہ بللے نوں لو کیমতি دیندے بلیا بیجا وچ مسیتی آہ آہ بللے نوں لو کیমতি دیندے کہ بلیا ا بیجا وچ مسیتی وچ مسیتاں دے کچھ نہیںو لبنا جے تو دلوں نماز ننیتی واہ 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 باروں تو میں لتاں گوڑے اندرے رہی پلیتی ਵਾਹ ਤੇਰਾ ਦਿਲ ਖੜਾਵੇ ਮੁੰਡੇ ਕੁੜੀਆਂ ਤੂੰ ਸਜਦੇ ਕਰੇ ਮਸੀਤੀ ਵਾਹ ਵਾਹ ਕੰਨਾਂ ਨੂੰ ਹੱਥ ਲਾ ਕੇ ਪਹਿਲਾਂ ਫੇਰ ਨਮਾਜ਼ ਤੂੰ ਨੀਤੀ ਵਾਹ ਉਹ ਦੁਨੀਆਦਾਰਾ ਰੱਬ ਦੇ ਨਾਲ ਵੀ 420 ਤੈ ਕੀ ਆਹ ਹਾ 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 ਕੀ ਬਾਤ ਹੈ ਜੀ ਕੀ ਬਾਤ ਹੈ ਮੈਂ ਚਾਹੁੰਦਾ ਤੁਸੀਂ ਵੀ ਜਰਾ ਕੋਈ ਚੀਜ਼ ਸੁਣਾ ਦਿਓ ਬਾਬਾ ਬੁੱਲੇ ਸ਼ਾਹ ਸਰਕਾਰ ਫਰਮਾਉਂਦੇ ਨੇ ਹਾਂ ਕਿ ਬੁੱਲੇਆ ਜਦ ਮੈਂ ਵਿਚ ਰਹੀ ਨਾ ਮੈਂ ਤੇ ਉੱਥੇ ਡੇਰਾ ਕੀਤਾ ਤੈਂ ਵਾ 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 ਜਦ ਮੈਂ ਵਿਚ ਰਹੀ ਨਾ ਮੈਂ ਤੇ ਉੱਥੇ ਡੇਰਾ ਕੀਤਾ ਤੈ ਇਹ ਲੋਕੀ ਮੈਨੂੰ ਤਾਨੇ ਦੇਂਦੇ ਜੋ ਕਰਾਈ ਤੈ ਕਿ ਮੈਨੂੰ ਕੀ ਹੋਇਆ ਵਾ 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 ਬੁਲਿਆ ਬੁਲਿਆ ਜਿ ਟੱਗਾ ਸਿੱਦੇ ਰਾਜਾ ਵੇ ਗੱਡਾ ਹਚਕੋਲੇ ਕਿਉਂ ਖਾਵੇ ਵਾ ਬਿਨ ਜੋੜੇ ਗੱਡੇ ਜੁੜਦਾ ਨਹੀਂ ਜੁੜ ਪਵੇ ਤਾਂ ਸਿੱਧਾ ਟੁਰਦਾ ਨਹੀਂ ਜਿਹੜਾ ਡੱਗਾ ਗੱਡੇ ਇੱਥੇ ਚੜਦਾ ਗੱਡੇ ਨੂੰ ਬੰਨੇ ਕਦ ਲਾਵੇ ਆਹਾ ਹਾ ਹਾ ਹੁਣ ਬਦਲੀ ਨਹੀਂ ਤਸ ਟੱਗੇ ਦੀ ਵਿਚੂ ਕਾਲੇ ਤੇ ਤੂੰ ਬੱਗੇ ਦੀ ਇਹਨੂੰ ਲਾਜ ਨਹੀਂ ਅੱਗੇ ਲੱਗੇ ਦੀ ਮਤਲਬ ਦੀਆਂ ਚੁੰਗੀਆਂ ਪਿਆਲਾ ਵੇ ਭੁਲਿਆ ਸਰਦਾਰ ਰਦੀਕ ਸਾਹਿਬ ਅੱਲਾ ਦੇ ਵਲੀਆਂ ਦੀ ਗੱਲ ਹੋ ਰਹੀ ਹੈ ਬਾਬਾ ਬੁੱਲੇ ਸ਼ਾ ਸਰਕਾਰ ਫਰਮਾਂਦੇ ਨੇ ਮੁਖਤਾਰ ਭਾਈ ਭੁਲਿਆ ਜੇ ਬਚਣਾ ਟਿਬੇਆਂ ਖਾਈਆਂ ਤੂੰ ਇਹਨੂੰ ਜ਼ਿਬਾ ਕਰਾ ਕਸਾਈਆਂ ਓ ਹੋ 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 ਦੇਖ ਔਰ ਜਿਆ ਤੇਰੀਆਂ ਵਾਈਆਂ ਤੂੰ ਮੈਨੂੰ ਬੰਨੇ ਮੇਰਾ ਰੱਬ ਲਾਵੇ ਜਿਹੜਾ ਦਿਸਦਾ ਨਹੀਂ ਉਹਨੂੰ ਮੰਨਦਾ ਏ ਵਾਹ 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 ਤੇ ਜਿਹੜਾ ਦਿਸਦਾ ਏ ਉਹਨੂੰ ਮੰਨਦਾ ਨਹੀਂ ਜੇ ਪਿਆਰ ਉਨਾਏ ਲੋਕੋ ਵੇ ਮੈਂ ਪਿਆਰ ਕੀਤਾ ਮੈਨੂੰ ਮਾਰ ਦਿਓ ਮੇਰਾ ਤਨ ਮਨ ਟੁਕੜੇ ਕਰਕੇ ਮੇਰੇ ਮੁਰਸ਼ਿਦ ਤੂੰ ਵਾਰ ਦਿਓ ਵਾਹ 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 ਕੋ ਜੇ ਉਹ ਤੇਰਾ ਕੁਝ ਨਹੀਂ ਲੱਗਦਾ ਕੀ ਤੂੰ ਉਹ ਥੁ ਲੈਣਾ ਵਾਹ ਜੇ ਤੇਰਾ ਕੁਝ ਲੱਗਦਾ ਤੈਨੂੰ ਸਭ ਨੂੰ ਦੱਸਣਾ ਪੈਣਾ ਨਹੀਂ ਉਹ ਤੇਰਾ ਕੀ ਲੱਗਦਾ ਵਾਹ ਵਾਹ ਉਹ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ ਨਹੀਂ ਉਹ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ ਨਹੀਂ ਉਹ ਤੇਰਾ ਕੀ ਲੱਗਦਾ ਜਿਹੜਾ ਲੁਕੇ ਆ ਨਜ਼ਰ ਨਹੀਂ ਆਉਂਦਾ ਨਾਹਨੂ ਅਕਰਬ ਕਰੇ ਇਸ਼ਾਰਾ ਵਿੱਚ ਕੁਰਾਨ ਦੇ ਕਹਿੰਦਾ ਨਾਹਨੂ ਅਕਰਬ ਕਰੇ ਇਸ਼ਾਰਾ ਵਿੱਚ ਕੁਰਾਨਦ ਕਹਿੰਦਾ ਨਾਹਨੂ ਅਕਰਬ ਕਰੇ ਇਸ਼ਾਰਾ ਵਿੱਚ ਕੁਰਾਨਦ ਕਹਿੰਦਾ ਹੋ ਵੇਖਣ ਦੇ ਵਿੱਚ ਨਜ਼ਰ ਨਾ ਆਵੇ ਵੇਖਣ ਦੇ ਵਿੱਚ ਨਜ਼ਰ ਨਾ ਆਵੇ ਵੇਖਣ ਦੇ ਵਿੱਚ ਨਜ਼ਰ ਨਾ ਆਵੇ ਦਿਲ ਤੇਰੇ ਵਿੱਚ ਰਹਿੰਦਾ ਨੀਓ ਤੇਰਾ ਕੀ ਲੱਗਦਾ ਨੀਓ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ ਮੈਂ ਗੁੱਡੀ ਹੱਥ ਡੋਰ ਸਜਣ ਦੇ ਜੀਵੇ ਰਖੇ ਰਹਿਣਾ ਕੀ ਬਾਤ ਹੈ ਮੀਆਂ ਬਖਸ਼ਰ ਅਬਦੁੱਲਾਹ ਕੀ ਬਾਤ ਹੈ ਆਰਫੇ ਖੜੀ ਅੱਲਾ ਉਹਨਾਂ ਦੀ ਕਬਰ ਤੇ ਹਜ਼ਾਰਾਂ ਰਹਿਮਤਾਂ ਨਾਜ਼ਰ ਪਰਵਾਇਆ ਸੁਲਤਾਨ ਅਤੀਕ ਸਾਹਿਬ ਤੁਹਾਡੀ ਸ਼ੋਹਰਤ ਦਾ ਸਬਬ ਵੀ ਹੈ ਮੀਆਂ ਸਾਹਿਬ ਦਾ ਕਲਾਮ ਸੁਭਾਨ ਅੱਲਾਹ ਅਤੇ ਉਸਤਾਦ ਕਾਦਰੀ ਸਾਹਿਬ ਦੁਨੀਆ ਜਿੱਥੇ ਵੀ ਜਾਈਏ ਮੀਆਂ ਸਾਹਿਬ ਦਾ ਕਲਾਮ ਲੋਕ ਸੁਣਦੇ ਨੇ ਆਪ ਫਰਮਾਉਂਦੇ ਨੇ ਕਿ ਮੈਂ ਗੁੱਡੀ ਹੱਥ ਡੋਰ ਸਜਣ ਦੇ ਜੀਵੇਂ ਰੱਖੇ ਰਹਿਣਾ ਮੈਂ ਗੁੱਡੀ ਹੱਥ ਡੋਰ ਸਜਣ ਦੇ ਜੀਵੇਂ ਰੱਖੇ ਰਹਿਣਾ ਵਾਜਬ ਨਹੀਂ ਐ ਵਿੱਚ ਸ਼ਰੀਅਤ ਵਾਜਬ ਨਹੀਂ ਐ ਵਿੱਚ ਸ਼ਰੀਅਤ ਵਾਜਬ ਨਹੀਂ ਐ ਵਿੱਚ ਸ਼ਰੀਅਤ ਮੰਦਾ ਖਸਮ ਨੂੰ ਕਹਿਣਾ ਨਹੀਂ ਉਹ ਤੇਰਾ ਕੀ ਲੱਗਦਾ ਵਾ 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 ਨਹੀਂ ਉਹ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ ਨਹੀਂ ਉਹ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ ਵਾ 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 ਆਪ ਮਕਾਨ ਨੂੰ ਖਾਲੀ ਉਸ ਤੋਂ ਕੋਈ ਮਕਾਨ ਨਾ ਖਾਲੀ ਆਹਾ ਆਪ ਮਕਾਨ ਨੂੰ ਖਾਲੀ ਉਸ ਤੋਂ ਕੋਈ ਮਕਾਨ ਨਾ ਖਾਲੀ

वाह नासर भाई, भाई। क्या बात भाई। है शालाँ ये शालाँ सूफी रंग आपने जो दिखाया यकीन करें कि मुझे मजा आ गया और आप सबको एक बात बताएं कि नासर भाई का और मेरा एक ऐसा कलाम आ रहा है दबंग किस्म का कि आप मैं कहता हूं कि आप हैरान जाएंगे वो पाकिस्तान में आकर हमारा आने वाला कलाम और ये लंदन में मेरा और मुख्तार भाई का जो यूनिक किस्म का कलाम आ रहा है विद इन चार से पांच दिनों में इंशाल्लाह आप देखेंगे तो आपको एक दफा मजा आ जाएगा इंशाल्लाह आप जरूर देखेगा और ये नासर भाई का पेज है इसको फॉलो करना है आपने लाइक करना है जरूर लाइक करना है ये मेरी रिक्वेस्ट पे इंशाल्लाह मेरे तमाम फॉलोअर्स दोस्त इनको आप सुनेंगे आपको मजा आएगा ऐसी ऐसी यूनिक चीज अभी ये तुर्की जा रहे हैं कलाम शूट करने माशालाग और माशालाग। आई लेवल का, है हाँ जी। जो मैं तुर्की में और पाकिस्तान में मुख्तल जगहों पे इनशाला इसको रिकॉर्ड कर रहा हूँ हाँ और उसके अलावा सुल्तान भाई के साथ एक उर्दू और पश्तो का कलाम हैल्दी कर रहे हैं तो बहुत है। हाँ तो जल्दी वो लेके आपके इनशाला जी आप देखेंगे तो मैं यकी आपको पता है की हमारे कलाम तो फिर इनशाला मजा तो आता है कलाम जरा कुरत ने बाग बनाए आ, जग सनसार तमामी बाँ 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 बाँ। रंग बरंगे बूटे लाए और कुझु हासे कुझ आमी ते बाग बहारा रौणक मे ते दर्शन शाम सवेर ਮਾਰਾ ਨਾਲ ਬਹਾਰ ਫਰੀਦਾ ਤੇ ਯਾਰਾ ਬਾਜ ਹਨੇਰੇ ਦਰ ਤੇਰੇ ਤੇ ਮੈਂ ਅੜੀਆਂ ਕਰਸਾ ਵਾ 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 ਉਹ ਜੀਵੇਂ ਬਾਲ ਅਯਾਣਾ ਇੱਕ ਨਿੱਕੀ ਜਈ ਜ਼िद ਕਰ ਬੈਠਾ ओ सोने मैं नहीं खाली जाना क्या बात है सलामत रहे जी अल्लाह सब को सलामत रखे कन्वर्सेशन काफी लंबी हो गई है दुआ में याद रखें ये पेज लाजमी लाइक करें हमारे कलाम इस पेज से भी आएंगे मेरा सुल्तान भाई का और मुख्तार भाई का नासर भाई का आपको अच्छे अच्छे कलाम सुनने को इस पेज से भी मिलेंगे इसको लाजमी लाइक करें दुआ में याद रखें असल वरम जिंदाबाद हाँ पाकिस्तान ज़िंदाबाद मुंहिंजो यादि आ गानमाया असां जिगर दून देके हे पाकिस्तान बणाया ਸਸਾ ਸਸਾ ਜਿਗਰ ਦਾ ਖੂਨ ਦੇ ਦੇ ਕੇ ਸੋਹਣਾ ਪਾਕਿਸਤਾਨ ਬਣਾਇਆ ਸੋਹਣਾ ਪਾਕਿਸਤਾਨ ਬਣਾਇਆ ਦੋਵੇਂ ਯਾਦ ਰੱਖੇ ਅਸਲਾਮੁਅਲੈਕ